ਵਣਾ ਰੇਡੀਓ ਦੇ ਸਤਿਕਾਰਯੋਗ ਸਰੋਤੋਂ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਆਪਣੀ ਵੈਬਸਾਈਟ radio.com ਦੇ ذریعے ਤਾਂ ਨਹੀਂ ਸੁਣ ਪਾਉਂਦੇ ਅੱਜਕੱਲ ਨਾ ਆਪਣੇ ਆਈਫੋਨ ਦੇ ਨੈਡ ਐਪਸ ਤੇ ਨਾ ਫੇਸਬੁੱਕ ਤੇ ਆਪਾਂ ਸਿਰਫ ਤੇ ਸਿਰਫ ਆਪਣੇ YouTube ਪੇਜ ਤੇ ਲਾਈਵ ਆ ਜੇ ਲੋੜ ਪਈ ਤਾਂ ਇਹਨਾਂ ਵਕ ਵਕ ਮਾਧਿਅਮਾਂ ਤੇ ਵੀ ਆਵਾਂਗੇ ਸੋ ਇਹ ਜਿਹੜੇ ਪ੍ਰੋਗਰਾਮਾਂ ਨੂੰ ਤੁਸੀਂ ਆਪਣੇ WhatsApp ਗਰੁੱਪ 9876309655 ਦੇ ਰਾਹੀਂ ਮੰਗਵਾ ਸਕਦੇ ਹੋ ਨਿਊਯਾਰਕ ਦੀ ਰਿਪੋਰਟ ਹੈ ਕਿ ਪੈਦਲ ਚੱਲਣ ਵਾਲਿਆਂ ਵਾਸਤੇ ਨਿਊਯਾਰਕ ਸੇਫ ਹੋ ਗਿਆ ਇੱਕ ਸਦੀ ਬਾਅਦ ਸਭ ਤੋਂ ਘੱਟ ਹਾਦਸੇ ਹੋਏ ਨੇ ਸਪੀਡ ਲਿਮਟ ਘਟਾਈ ਗਈ ਹੈ ਰੋਡ ਡਾਈਟਿੰਗ ਡੇ ਲਾਈਟ ਵਰਗੇ ਤਰੀਕੇ ਕਾਰਗਰਸ਼ਦ ਹੋ ਰਹੇ ਨੇ 2023 ਦੇ ਵਿੱਚ ਸੜਕ ਹਾਦਸੇ ਦੇ ਵਿੱਚ ਪੈਦਲ ਚੱਲਣ ਵਾਲਿਆਂ ਦੀਆਂ 101 ਮੌਤਾਂ ਹੋਈਆਂ ਨੇ ਤੇ 114 ਸਾਲਾਂ 'ਚ ਇਹ ਅੰਕੜਾ ਸਭ ਤੋਂ ਘੱਟ ਹੈ ਕਈ ਵਾਰੀ ਪੈਦਲ ਚੱਲਣਾ ਤੁਹਾਡੇ ਲਈ ਜਾਨਲੇਵਾ ਸਾਬਤ ਹੋ ਜਾਂਦਾ ਹੈ ਅਮਰੀਕਾ ਦੇ ਸਭ ਤੋਂ ਰਜੇਵੇਂ ਵਾਲੇ ਜਾਂ ਬਹੁਤ ਬਿਜ਼ੀ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਨਿਊਯਾਰਕ ਸਿਟੀ ਤੇ ਪਿਛਲੇ ਬਾਰੇ ਉੱਥੇ ਪੈਦਲ ਚੱਲਣ ਵਾਲੇ 114 ਸਾਲਾਂ ਦੇ ਵਿੱਚੋਂ ਸਭ ਤੋਂ ਘੱਟ ਜਾਨਕੀ 101 ਲੋਕ ਮਾਰੇ ਗਏ ਨੇ ਪੈਦਲ ਚੱਲਣ ਵਾਲੇ ਸੋ ਕੋਵਿਡ ਦਾ ਦੌਰ ਜੇ ਛੱਡ ਦਈਏ ਤਾਂ ਇਸ ਸ਼ਹਿਰ ਦੇ ਵਿੱਚ ਪੈਦਲ ਚੱਲਣ ਵਾਲਿਆਂ ਲਈ ਬੜਾ ਖਤਰਨਾਕ ਬਰਾ ਰਿਹਾ ਆਉਸਤਨ ਇੱਥੇ ਹਰ ਸਾਲ 300 ਦੇ ਕਰੀਬ ਪੈਦਲ ਚੱਲਣ ਵਾਲੇ ਯਾਤਰੀ ਮਾਰੇ ਜਾਂਦੇ ਨੇ ਪਰ ਬੀਤੇ ਬਾਰੇ ਇਹ ਅੰਕੜਾ 101 ਤੇ ਆਇਆ ਜਿਹੜਾ ਕਿ 114 ਸਾਲਾਂ ਦੇ ਰਿਕਾਰਡ ਚ ਸਭ ਤੋਂ ਘੱਟ ਹੈ ਜਾਨੀ ਅਗਲਾ ਕਹਿੰਦਾ ਪੈਦਲ ਬੰਦੇ ਦੀ ਜਿਹੜੀ 11 ਨੰਬਰ ਬੱਸ ਕਹਿੰਦੇ ਹੋ ਨਾ 11 ਨੰਬਰ ਬੱਸ ਤੇ ਆਇਆ ਜਾਨੀ ਪੈਦਲ ਤੁਰ ਕੇ ਆਇਆ ਤੇ ਉਹਨਾਂ ਦਾ ਇਹ ਵੱਡੀ ਤਰ੍ਹਾਂ ਚ ਘਾਣ ਹੋ ਰਿਹਾ ਹੈ ਹਾਲਾਂਕਿ 10 ਸਾਲ ਪਹਿਲਾਂ ਉਸ ਵਕਤ ਦੇ ਜਿਹੜੇ ਮੇਅਰ ਸੀਗੇ ਬੈਲਡੇ ਬਲੈਸਿਓ ਉਹਨਾਂ ਨੇ ਇੱਕ ਪ੍ਰੋਗਰਾਮ ਦੇ ਦੌਰਾਨ ਵਿਜ਼ਨ 0 ਤੋਂ ਇਸ ਨੂੰ ਮਹਮ ਨੂੰ ਸ਼ੁਰੂ ਕਰਨ ਦਾ ਨਤੀਜਾ ਅੱਜ ਸਾਹਮਣੇ ਆਇਆ ਤੇ ਇਸ ਤੋਂ ਬਾਅਦ ਨਿਊਯਾਰਕ ਸਿਟੀ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਨੈਕ ਡਾਟ ਨੇ ਸ਼ਹਿਰ ਦੀ ਸਪੀਡ ਲਿਮਟ ਨੂੰ ਘਟਾ ਕੇ 40 ਕਿਲੋਮੀਟਰ ਪ੍ਰਤੀ ਘੰਟਾ ਕੀਤਾ ਸਪੀਡ ਕੈਮਰਾ ਪ੍ਰੋਗਰਾਮ ਸ਼ੁਰੂ ਹੋਇਆ ਡਰਾਈਵਰ ਅਤੇ ਪੈਦਲ ਚੱਲਣ ਵਾਲੇ ਦੋਨਾਂ ਦੇ ਲਈ ਜਾਗਰੂਕਤਾ ਪ੍ਰੋਗਰਾਮ ਚਲਾਏ ਗਏ ਜਦੋਂ ਹੀ ਸਪੀਡ ਲਿਮਟ ਨੂੰ ਉਹਨਾਂ ਨੇ 40 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਇਸ ਦੇ ਨਾਲ ਬਹੁਤ ਫਾਇਦਾ ਹੋਇਆ ਰੋਡ ਡਾਈਟਿੰਗ ਤੇ ਡੇ ਲਾਈਟ ਵਰਗੇ ਤਰੀਕੇ ਵੀ ਕਾਰਗਰ ਰਹੇ ਸਮੇਂ ਦੇ ਨਾਲ-ਨਾਲ ਉਸ ਮਿਹਰ ਨੇ ਜਿਹੜੀਆਂ 10 ਸਾਲ ਪਹਿਲਾਂ ਜੋ ਪ੍ਰੋਗਰਾਮ ਅਰੰਭੇ ਉਹਨਾਂ ਦਾ ਨਤੀਜਾ ਬੀਤੇ ਵਾਰ ਮਿਲਿਆ ਮੌਤਾਂ ਦੀ ਤਦਾਦ 104 ਸਾਲ 114 ਸਾਲਾਂ ਦੇ ਰਿਕਾਰਡ ਦੇ ਵਿੱਚ ਸਭ ਤੋਂ ਘੱਟ ਜਾਣ ਕੇ ਸਾਲ 'ਚ 101 ਮੌਤਾਂ ਹੋਈਆਂ ਜਿਹੜੀਆਂ 300 ਤੱਕ ਜਾਂਦੀਆਂ ਸੀਗੀਆਂ ਇੱਕ ਸਾਲ ਦੇ ਵਿੱਚ ਤੇ ਸਮੇਂ ਦੇ ਨਾਲ-ਨਾਲ ਹੋਰ ਕਈ ਚੀਜ਼ਾਂ ਜੋੜੀਆਂ ਗਈਆਂ ਆਖਰਕਾਰ ਇਸ ਦਾ ਨਤੀਜਾ ਦਿਖ ਰਿਹਾ ਹਾਲਾਂਕਿ ਇਹ ਸਫ਼ਰ ਇੰਨਾ ਆਸਾਨ ਨਹੀਂ ਰਿਹਾ ਨੈਕ ਡਾਟ ਨੇ ਮਹਿਜ਼ 5500 ਕਰਮਚਾਰੀਆਂ ਦੇ ਸਾਹਮਣੇ 85 ਲੱਖ ਦੀ ਆਬਾਦੀ ਦੀ ਸੁਰੱਖਿਆ ਇੱਕ ਵੱਡੀ ਚੁਣੌਤੀ ਸੀ। ਯਾਨੀ 5500 ਟ੍ਰੈਫਿਕ ਕਰਮਚਾਰੀ ਸੀਗੇ ਪਰ ਆਬਾਦੀ 85 ਲੱਖ ਤੋਂ ਜ਼ਿਆਦਾ ਹੈ ਨਿਊਯਾਰਕ ਦੀ। ਪੂਰੇ ਸ਼ਹਿਰ ਦੇ ਵਿੱਚ 40000 ਦੇ ਕਰੀਬ ਇੰਟਰਸੈਕਸ਼ਨ ਨੇ ਜਿਨ੍ਹਾਂ ਨੂੰ ਆਪਣੇ ਚਰਾਹੇ ਕਹਿ ਦਿੰਦੇ ਨੇ ਇਹ ਵੀ ਇੱਕ ਵੱਡਾ ਖਤਰਾ ਆ। ਲੇਕਿਨ ਉਹਨਾਂ ਨੇ ਹਾਰ ਨਹੀਂ ਮੰਨੀ। ਸਭ ਤੋਂ ਪਹਿਲਾਂ ਉਹਨਾਂ ਨੇ 2000 ਦੇ ਕਰੀਬ ਹਾਈ ਰਿਸਕ ਜਿਹੜੇ ਇੰਟਰਸੈਕਸ਼ਨ ਸੀਗੇ ਉਹਨਾਂ ਦੀ ਪਛਾਣ ਕੀਤੀ ਇੱਥੇ ਦੁਰਘਟਨਾਵਾਂ ਨੂੰ ਰੋਕਣ ਦੇ ਲਈ ਜ਼ਰੂਰੀ ਉਪਾਅ ਕੀਤੇ ਗਏ ਇਹਦੇ ਵਿੱਚ ਕਈ ਵਾਰ ਸਥਾਨਕ ਕਲੋਨੇ ਵਾਲੇ ਲੋਕਾਂ ਨੇ ਵਿਰੋਧ ਵੀ ਕੀਤਾ ਲੇਕਿਨ ਉਹਨਾਂ ਵਿਰੋਧ ਕਰਨ ਵਾਲਿਆਂ ਨੂੰ ਹਾਰ ਮੰਨਣੀ ਪਈ ਇਸ ਮਹਮ ਦੇ ਪਹਿਲੇ ਗੇਟ ਦੇ ਵਿੱਚ ਜਿਹੜੇ ਭਾਰੀ ਵਾਹਨਾਂ ਨਾਲ ਹੋਣ ਵਾਲੇ ਹਾਦਸੇ ਰੋਕਣ ਲਈ ਕੁਝ ਚੋਣੇ ਹੋਏ ਮੋੜ ਤੇ ਟਰਨ ਬੰਪ ਬਣਾਏ ਗਏ ਇਸ ਮੋੜ ਤੇ ਓਵਰਟੋਕ ਓਵਰਟੇਕ ਕਰਨਾ ਰੋਕਿਆ ਗਿਆ ਤੇ ਵਾਹਨ ਇੱਕ ਲਾਈਨ ਦੇ ਵਿੱਚੋਂ ਗੁਜ਼ਰਨ ਲੱਗੇ ਸੜਕ ਤੇ ਖੜੇ ਵਾਹਨ ਦੀ ਵਜ੍ਹਾ ਕਰਕੇ ਹੋਣ ਵਾਲੇ ਹਾਦਸੇ ਰੋਕਣ ਲਈ ਡੇ ਲਾਈਟਿੰਗ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਮੋੜ ਤੇ ਪਾਰਕਿੰਗ ਦੀ ਸਮੱਸਿਆ ਦੂਰ ਕੀਤੀ ਗਈ ਤੇ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਦੁਨੀਆ ਭਰ ਦੇ ਵਿੱਚ ਹਰ ਸਾਲ ਸੜਕ ਹਾਦਸਿਆਂ ਦੇ ਵਿੱਚ ਜਿੰਨੀਆਂ ਜਾਨਾਂ ਜਾ ਰਹੀਆਂ ਨੇ ਉਹਨਾਂ ਦੇ ਵਿੱਚੋਂ 23% ਦੀ ਸ਼ਿਕਾਰ ਉਹਨਾਂ ਦਾ ਪੈਦਲ ਯਾਤਰੀ ਹੁੰਦੇ ਨੇ ਕਿਉਂਕਿ ਉਹ ਮਾਤੜ ਹੁੰਦੇ ਨੇ ਤੁਸੀਂ ਵੇਖੋ ਕਿ ਵਿਸ਼ਵ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਜਿੰਨੀਆਂ ਮੌਤਾਂ ਹੁੰਦੀਆਂ ਨੇ ਉਹਨਾਂ ਦੇ 23% ਯਾਨੀ 100 'ਚੋਂ 23 ਬੰਦੇ ਦੁਨੀਆ ਭਰ 'ਚ ਜੋ ਸੜਕ ਹਾਦਸਿਆਂ 'ਚ ਮਰਦੇ ਨੇ ਉਹ 23% ਬੰਦੇ ਪੈਦਲ ਯਾਤਰੀ ਹੁੰਦੇ ਨੇ ਯਾਨੀ ਕਿ ਹਰ ਸਾਲ 2,74,000 ਪੈਦਲ ਚੱਲਣ ਵਾਲੇ ਸੜਕ ਹਾਦਸਿਆਂ ਦਾ ਸ਼ਿਕਾਰ ਬਣ ਜਾਂਦੇ ਨੇ ਭਾਰਤ ਵਿੱਚ 222 ਦੇ ਵਿੱਚ ਤਕਰੀਬਨ 32825 ਪੈਦਲ ਯਾਤਰੀ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋਏ। ਯਾਨੀ 222 ਦੇ ਵਿੱਚ ਇੰਡੀਆ ਦੇ ਵਿੱਚ 32825 ਪੈਦਲ ਚੱਲਣ ਵਾਲੇ ਬੰਦੇ ਸੜਕ ਹਾਸਿਆਂ 'ਚ ਮਾਰੇ ਗਏ। ਇਹ ਸੜਕ ਹਾਸਿਆਂ ਦੇ ਵਿੱਚ 58% ਦੀ ਮੌਤਮ ਪੈਦਲ ਯਾਤਰੀਆਂ ਦੀ ਹੋ ਰਹੀਆਂ ਨੇ ਇੰਡੀਆ ਦੇ ਵਿੱਚ। ਸੜਕ ਹਾਦਸਿਆਂ ਦੇ ਵਿੱਚੋਂ 58% ਦੀ ਮੌਤਾਂ ਪੈਦਲ ਯਾਤਰੀਆਂ ਦੀਆਂ ਹੋ ਰਹੀਆਂ ਨੇ ਹਾਲਾਂਕਿ WHO ਦੇ ਮਤਾਬਕ ਪੂਰੀ ਦੁਨੀਆ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚੋਂ ਮਰਨ ਵਾਲੇ 23% ਪੈਦਲ ਯਾਤਰੀ ਨੇ ਇਸ ਸਬੰਧੀ ਰੋਡ ਡਾਈਟਿੰਗ ਤਕਨੀਕ ਦੇ ਵਿੱਚ ਚਾਰ ਲੇਨ ਦੀ ਸੜਕ ਨੂੰ ਤਿੰਨ ਲੇਨ ਦੇ ਵਿੱਚ ਬਦਲਿਆ ਗਿਆ ਰੋਡ ਡਾਈਟਿੰਗ ਜਿਵੇਂ ਆਪਾਂ ਡਾਈਟਿੰਗ ਕਹਿੰਦੇ ਨਾ ਮਤਲਬ 4 ਲੇਨ ਸੜਕ ਨੂੰ 3 ਲੇਨ ਦੇ ਵਿੱਚ ਬਦਲਿਆ ਗਿਆ ਜਿਸ ਦੇ ਵਿੱਚ 2 ਥਰੂ ਲੇਨ ਤੇ ਇੱਕ ਸੈਂਟਰ ਟੂਵੇ ਲੈਫਟ ਟਰਨ ਲੇਨ ਹੁੰਦੀ ਹੈ ਸਮਰਪਿਤ ਲੈਫਟ ਟਰਨ ਲੇਨ ਦੇ ਕਾਰਨ ਰੀਅਰ ਐਂਡ ਲੈਫਟ ਟਰਨ ਦੁਰਘਟਨਾਵਾਂ ਦੇ ਵਿੱਚ ਕਮੀ ਆਈ ਚੌਰਾਹੇ ਦੇ ਵਿੱਚ ਲੀਡਿੰਗ ਪੈਡੈਸਟਰੀਅਲ ਇੰਟਰਵਲ ਜਾਨਕਿ ਐਲ ਪੀ ਆਈ ਦੇ ਵਿੱਚ ਇਸ ਨੂੰ ਬਦਲੇਗਾ ਇਸ ਦੇ ਵਿੱਚ ਪੈਦਲ ਲੋਕਾਂ ਦੇ ਲਈ ਲਾਲ ਬੱਤੀ ਤੋਂ ਪੈਦਲ ਲੋਕਾਂ ਨੂੰ ਲਾਲ ਬੱਤੀ ਤੋਂ ਥੋੜਾ ਜਿਹਾ ਦੂਰ ਰੋਕਿਆ ਜਾਂਦਾ ਹੈ ਸੋ so, 4 ਲੇਨ ਦੀ ਸੜਕ ਨੂੰ 3 ਲੇਨ ਦੇ ਵਿੱਚ ਬਦਲਿਆ ਗਿਆ ਜਿਸ ਦੇ ਵਿੱਚ ਹਾਦਸਿਆਂ ਨੂੰ ਰੋਕਣ ਦੀ ਮਦਦ ਮਿਲੀ ਕਿਉਂਕਿ 4 ਲੇਨ ਦੇ ਵਿੱਚ ਜਦੋਂ ਤੁਸੀਂ ਹੁੰਦੇ ਹੋ ਤਾਂ ਫਿਰ ਆਇਆ ਨਾ ਵੀ ਸੜਕ ਦੇ ਕਿਨਾਰੇ ਤੱਕ ਅਗਲਾ ਜਾਂਦਾ ਹੈ ਜਦੋਂ 3 ਲੇਨ ਆ ਤਾਂ ਸ਼ਾਇਦ ਸੜਕ ਦਾ ਕਿਨਾਰਾ ਥੋੜਾ ਜਿਹਾ ਸੇਫ ਰਹਿੰਦਾ ਸੋ ਇਸ ਕਰਕੇ ਤੁਸੀਂ ਜੇ ਪੈਦਲ ਜਾਂਦੇ ਹੋ ਨਾ ਤੁਹਾਨੂੰ ਬਹੁਤ ਸਤਰਕ ਰਹਿਣਾ ਚਾਹੀਦਾ ਖਾਸ ਕਰਕੇ ਇੰਡੀਆ 'ਚ ਮੇਰੇ ਕੋਲ ਇੱਕ ਦੋਸਤ ਨੇ ਰਮਨ ਨਿਊਜ਼ੀਲੈਂਡ ਹੁੰਦੇ ਸੀਗੇ ਉਹ ਇੱਕ ਵਾਰੀ ਉਹਨਾਂ ਨੇ ਸੈਰ ਕਰਦੇ ਹਾਂ ਦੱਸਿਆ ਕਿ ਯਾਰ ਆਪਣੇ ਪਾਸੇ ਕਦੇ ਨਾ ਚੱਲੋ ਮਤਲਬ ਜਿਵੇਂ ਸੜਕ ਤੇ ਅਸੀਂ ਖੱਬੇ ਹੱਥ ਜਾਂਦੇ ਆਂ ਤੇ ਆਪਣੇ ਹੱਥ ਕਦੇ ਨਾ ਚੱਲੋ ਤੇ ਬਲਕਿ ਜਿੱਧਰੋਂ ਸਪੋਜ਼ ਕਰੋ ਨਾ ਵੀ ਵਹੀਕਲ ਆਉਂਦਾ ਉਹਦੇ ਪਾਸੇ ਚੱਲੋ ਰੋਂਗ ਸਾਈਡ ਚੱਲੋ ਜਾਣੀ ਕਿਉਂਕਿ ਜੇ ਤੁਸੀਂ ਆਪਣੇ ਹੱਥ ਜਾਂਦੇ ਹੋ ਤਾਂ ਪਿੱਛੋਂ ਪਤਾ ਨਹੀਂ ਕਿਹਨੇ ਆ ਕੇ ਤੁਹਾਨੂੰ ਫੇਟ ਮਾਰਨੀ ਹੈ ਕਿਉਂਕਿ ਬਾਰ-ਬਾਰ ਸਾਡੇ ਕਿਹੜਾ ਸਾਈਡ ਗਲਾਸ ਲੱਗਿਆ ਹੋਇਆ ਵੈਸੇ ਵੀ ਸੜਕ ਤੇ ਜਾਂਦੇ ਆਂ ਨਾ ਬੰਦਾ ਕੋਸ਼ਿਸ਼ ਕਰਦਾ ਲਗਾਤਾਰ ਪਿੱਛੇ ਮੁੜ ਕੇ ਦੇਖਦਾ ਕਿ ਪਿੱਛੋਂ ਤਾਂ ਨਹੀਂ ਫੇਟ ਵੱਜ ਜੂ ਜਾਫਰ ਅਸੀਂ ਵੀ ਕਈ ਵਾਰੀ ਕੱਚੇ ਰਸਤੇ ਜਿਹੜੀਆਂ ਨੇ ਬਰਮ ਤੇ ਨਹੀਂ ਚੱਲਦੇ ਫੁੱਟਪਾਥ ਤੇ ਨਹੀਂ ਚੱਲਦੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਯਾਰ ਸੜਕ ਤੇ ਹੀ ਚੱਲਿਆ ਜਾਵੇ ਜਿਸ ਤਰ੍ਹਾਂ ਪਿੱਛੋਂ ਤੇਜ਼ ਤਰਾਰ ਵਹੀਕਲ ਕੋਈ ਆਉਂਦਾ ਤੇ ਉਹ ਫੇਟ ਮਾਰ ਕੇ ਚਲਾ ਜਾਂਦਾ ਜਿਵੇਂ ਤੁਸੀਂ ਵੇਖੋ ਧਨਵਾਦ ਦੇ ਵਿੱਚ ਇੱਕ ਜੱਜ ਨੂੰ ਇੱਕ ਐਟੋ ਵਾਲਾ ਮਾਰ ਗਿਆ ਸੀਗਾ ਉਹ ਜੱਜ ਜੋਗਿੰਗ ਕਰਦਾ ਜਾਂਦਾ ਆਪਣੀ ਮਸਤੀ ਦੇ ਵਿੱਚ ਤੇ ਪਿੱਛੋਂ ਇੱਕ ਐਟੋ ਰਿਕਸ਼ਾ ਆਉਂਦਾ ਤੇ ਉਹਨੂੰ ਫੇਟ ਮਾਰ ਕੇ ਮਾਰ ਕੇ ਚਲਾ ਜਾਂਦਾ ਪਰ ਜਦੋਂ ਤੁਸੀਂ ਰੋਂਗ ਸਾਈਡ ਜਾਂਦੇ ਹੋ ਤਾਂ ਤੁਹਾਨੂੰ ਸਾਹਮਣੇ ਤੋਂ ਪਤਾ ਕਿ ਸਾਹਮਣੇ ਵਾਹਨ ਆ ਰਿਹਾ ਜੇ ਉਹ ਤੁਹਾਡੇ ਉੱਪਰ ਵੀ ਚੜੂ ਤੁਸੀਂ ਭੱਜ ਕੇ ਪਿੱਛੇ ਹੋ ਜਾਓਗੇ ਪਰ ਜੇ ਤੁਸੀਂ ਰਾਮ ਨਾਲ ਤੁਰੇ ਜਾਂਦੇ ਹੋ ਆਪਣਾ ਫੋਨ ਕਰਦੇ ਪਿੱਛੋਂ ਪਿਛਲੇ ਨੇ ਤੁਹਾਨੂੰ ਦਰੜ ਤੇ ਜਾਣਾ ਹੈ ਤਾਂ ਵੈਸੇ ਗਲਤ ਪਰ ਘਟੋ ਘਟ ਰੋਂਗ ਸਾਈਡ ਚੱਲਦੇ ਆ ਤੁਹਾਨੂੰ ਸਾਹਮਣੇ ਤੋਂ ਆਉਂਦਾ ਵਹੀਕਲ ਦਿਸਦਾ ਹੈ ਹੈ ਇਹ ਕਾਨੂੰਨਨ ਗਲਤ ਪਰ ਸੇਫਟੀ ਇਹਦੇ ਵਿੱਚ ਜ਼ਿਆਦਾ ਆ ਦੂਸਰਾ ਇੱਕ ਹੋਰ ਵੇਖਿਆ ਸਪੋਕਰੋ ਸਿੰਗਲ ਨੇ ਡਬਲ ਨੇ ਸੜਕ ਹੈ ਕਈ ਬਹੁਤੇ ਸਿਆਣੇ ਪਤਾ ਕੀ ਕਰਦੇ ਆ ਜਿਹੜੀ ਫਾਸਟ ਵਾਲੀ ਲੇਨ ਹੈ ਜਿਵੇਂ ਸਪੋਜ਼ ਕਰੋ ਇੱਕ ਰੋਡ ਆਉਣ ਵਾਲੀ ਹੈ ਇੱਕ ਜਾਣ ਵਾਲੀ ਹੈ ਵਿਚਾਲੇ ਫੁੱਟਪਾਥ ਹੈ ਕਈਆਂ ਨੇ ਜਿਨ੍ਹਾਂ ਨੇ ਹੁਣ ਰੋਂਗ ਸਾਈਡ ਆਉਣਾ ਜਾਣ ਵਾਲੀ ਲਾਈਨ ਤੇ ਜਿਹੜੇ ਆਉਣ ਲੱਗ ਜਾਂਦੇ ਨੇ ਉਹ ਪਤਾ ਕੀ ਕਰਦੇ ਨੇ ਬੇਵਕੂਫੀ ਉਹ ਕੱਚੇ ਪਾਸੇ ਚੱਲਣ ਦੀ ਬਜਾਏ ਫੁੱਟਪਾਥ ਦੇ ਨਾਲ-ਨਾਲ ਚੱਲਣ ਲੱਗ ਜਾਂਦੇ ਨੇ ਜਦੋਂ ਤੇਜ਼ ਰਫ਼ਤਾਰ ਗੱਡੀ ਜਾਂਦੀ ਹੈ ਬੜੀ ਗੱਲ ਆ ਉਹ ਸਿਰਫ ਇਹ ਆਪਣੇ ਲਾਈਟ ਲਾ ਲੈਣਗੇ ਯਾਰ ਜੇ ਤੂੰ ਜਾਣਾ ਹੀ ਆ ਤਾਂ ਘਟੋ ਘਟ ਸਲੋ ਵਾਲੀ ਲਾਈਨ ਚ ਜਿਹੜੀ ਹੇਠਲੀ ਲਾਈਨ ਆ ਕੱਚੇ ਵਾਲੀ ਵੀ ਜੇ ਗੱਡੀ ਤੈਨੂੰ ਸਾਹਮਣੇ ਤੋਂ ਆਉਂਦੀ ਵੀ ਮਿਲ ਗਈ ਤਾਂ ਤੂੰ ਸੱਥਲੇ ਤਾਂ ਸੁੱਟ ਲੇਗਾ ਜੇ ਤੂੰ ਆ ਹੀ ਫੁੱਟਪਾਥ ਦੇ ਨੇੜੇ ਰਿਆਂ ਤਾਂ ਅਗਲੇ ਨੇ ਤੈਨੂੰ ਦਰੜ ਕੇ ਲੰਘ ਜਾਣਾ ਉਹ ਪਤਾ ਨਹੀਂ ਫੋਨ ਕਰਦਾ ਹੁੰਦਾ ਹੋਵੇ ਗੱਲਾਂ ਕਰਦਾ ਹੁੰਦਾ ਹੋਵੇ ਜਾਂ ਉਹਦਾ ਧਿਆਨ ਕਿਸੇ ਹੋਰ ਪਾਸੇ ਹੋਵੇ ਉਹਨੇ ਆਪਣੀ ਸਪੀਡ ਤੇ ਆਉਣਾ ਸੋ ਇਹ ਵੀ ਇੱਕ ਬਹੁਤ ਵੱਡਾ ਹੈ ਕਿ ਕਦੇ ਵੀ ਜੇ ਤੁਸੀਂ ਰੋਂਗ ਸਾਈਡ ਚੱਲਦੇ ਹੋ ਸੜਕ ਤੇ ਆਪਣਾ ਵਹੀਕਲ ਲੈ ਕੇ ਕੋਕ ਕਈ ਵਾਰੀ ਘੱਟ-ਘੱਟ ਹੁੰਦਾ ਜਾਂ ਅਸੀਂ ਮੋੜਨਾ ਹੁੰਦਾ ਤਾਂ ਕਦੇ ਵੀ ਫੁੱਟਪਾਥ ਵਾਲੇ ਪਾਸੇ ਨਾ ਚੱਲੋ ਕੱਚੇ ਵਾਲੇ ਪਾਸੇ ਚੱਲੋ ਬਰਮ ਵਾਲੇ ਪਾਸੇ ਤਾਂ ਜੋ ਜੇ ਸਾਹਮਣੇ ਤੋਂ ਗੱਡੀ ਆ ਵੀ ਗਈ ਤਾਂ ਤੁਸੀਂ ਥੱਲੇ ਤੇ ਲਾ ਕੇ ਤਾਂ ਖੜ੍ਹਜੋਗੇ ਆ ਤੁਸੀਂ ਰੋਂਗ ਸਾਈਡ ਰਹੇ ਹੋ ਫਿਰ ਤੁਸੀਂ ਆਪਣੇ ਤੌਰ ਤੇ ਉਹਨੂੰ ਸਿੰਗਲ ਲੇਨ ਸੜਕ ਨੂੰ ਡਬਲ ਲੇਨ ਬਣਾ ਲੈਂਦੇ ਹੋ ਇੱਕ ਹੋਰ ਇਹਦੇ ਵਿੱਚ ਕਾਰਨ ਹੈ ਕਿ ਜਿਹੜੇ ਅਸੀਂ ਇੰਡੀਅਨ ਆ ਅਸੀਂ ਪੈਦਲ ਯਾਤਰੀਆਂ ਸਭ ਪੱਠੇ ਵੜਾਂ ਮੇਰੇ ਸਮੇਤ ਕੋਈ ਗੁੱਸਾ ਨਾ ਕਰੇ ਮੋੜ ਤੇ ਆ ਕੇ ਨਾ ਅਸੀਂ ਆਪਣੇ ਪਾਸੇ ਜਾਂਦੇ ਜਾਂਦੇ ਆਪਣਾ ਦੂਸਰੇ ਦੇ ਵਿੱਚ ਜਾ ਵੜਦੇ ਆ ਹੁਣ ਉਹ ਜਿਹੜਾ ਵਾਹਨ ਹੈ ਨਾ ਉਹਨੇ ਆਉਣ ਵਾਲੀ ਜਗ੍ਹਾ ਜਾਣ ਵਾਲੇ ਦੇ ਸਾਹਮਣੇ ਆ ਜਾਣਾ ਆਪਣਾ ਸ਼ਾਰਟਕਟ ਮਤਲਬ ਮੋੜ ਤੇ ਆ ਕੇ ਸਾਨੂੰ ਐ ਕਿ ਅਸੀਂ ਆਪਣੀ ਲਾਈਨ 'ਚ ਨਹੀਂ ਜਾਣਾ ਅਸੀਂ ਸ਼ਾਰਟਕਟ ਹੋ ਲੈਣਾ ਮੋੜ ਤੇ ਆ ਕੇ ਉਥੇ ਮੋੜਾਂ ਤੇ ਬਹੁਤ ਹਾਦਸੇ ਵਾਪਰਦੇ ਨੇ ਕਉਕੇ ਅਸੀਂ ਜਿਵੇਂ ਤੁਰਨ ਦੇ ਆਦੀ ਹੋ ਗਏ ਆ ਨਾ ਪੈਦਲ ਤੁਰਨ ਦੇ ਆਦੀ ਹੋ ਗਏ ਕਿ ਸਫਰ ਘਟਦਾ ਸੋ ਇਸ ਕਰਕੇ ਅਸੀਂ ਭਾਗਰ ਭਾਵੇਂ ਕਾਰ ਸਕੂਟਰ ਕਿਸੇ ਵੀ ਵਹੀਕਲ ਤੇ ਜਾਂਦੇ ਆ ਤੇ ਅਸੀਂ ਮੋੜ ਤੇ ਆ ਕੇ ਨਾ ਰੋਂਗ ਸਾਈਡ ਹੋ ਜਾਨਾ ਜਾਨੀ ਕਿ ਜਿੱਧਰੋਂ ਟ੍ਰੈਫਿਕ ਆਉਂਦਾ ਉਹਦੇ ਪਾਸੇ ਜਾ ਤਾਂ ਜੋ ਸਾਡਾ ਮੋੜ ਤੇ ਕੱਟ ਵੱਜ ਜਵੇ ਸਾਡੀ ਮਤਲਬ ਜਿਹੜੀ ਹੈ ਨਾ ਦੂਰੀ ਘਟ ਜਵੇ ਸੋ ਇਹ ਵੀ ਅਸੀਂ ਅਕਸਰ ਬੇਵਕੂਫੀ ਕਰਦੇ ਹਾਂ ਸੋ ਇਹ ਕੁਝ ਇੱਕ ਕਾਰਨ ਹੈ ਜਰੂਰ ਇਸ ਦੇ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਦਾ ਹਾਦਸਾ ਕਿ ਮਤਲਬ ਦੁਨੀਆ ਭਰ ਦੇ ਵਿੱਚ WHO ਦੇ ਅੰਕੜੇ ਨੇ ਕਿ ਸੜਕ ਹਾਦਸਿਆਂ ਦੇ ਵਿੱਚ ਮਰਨ ਵਾਲੇ 23% ਪੈਦਲ ਯਾਤਰੀ ਹੁੰਦੇ ਨੇ ਤੇ ਸਾਲ ਦੇ ਵਿੱਚ 274000 ਪੈਦਲ ਯਾਤਰੀ ਸੜਕ ਹਾਦਸਿਆਂ ਦਾ ਪੂਰੀ ਦੁਨੀਆ 'ਚ ਸ਼ਿਕਾਰ ਹੁੰਦੇ ਨੇ ਭਾਰਤ ਵਿੱਚ ਤੁਸੀਂ ਵੇਖੋ ਕਿ 274000 ਚੋਂ 382825 ਬੰਦਾ 222 ਦੇ ਵਿੱਚ ਪੈਦਲ ਯਾਤਰੀ ਮਾਰਿਆ ਗਿਆ ਪੈਦਲ ਤੁਰਨ ਵਾਲਾ ਜਾਨਕੀ ਇੰਡੀਆ ਦੇ ਵਿੱਚ ਟੋਟਲ ਸੜਕ ਹਾਦਸਿਆਂ ਦੇ ਵਿੱਚ 58% ਦੀ ਮੌਤਾਂ ਪੈਦਲ ਯਾਤਰੀਆਂ ਦੀਆਂ ਹੁੰਦੀਆਂ ਨੇ ਸੋ ਇਸ ਕਰਕੇ ਪੈਦਲ ਚੱਲਣ ਵਾਲਿਆਂ ਨੂੰ ਜ਼ਰੂਰ ਇੰਨੀ ਇੱਕ ਗੱਲ ਦਾ ਸਾਾਸ ਰਹਿਣਾ ਚਾਹੀਦਾ ਕਿ ਅਸੀਂ ਘਟੂ ਘਟ ਸੜਕ ਦੇ ਨਿਯਮਾਂ ਦੀ ਪਾਲਣਾ ਕਰੀਏ ਏਸੀਕਰ ਰਿਪੋਰਟ ਤੇ ਇਸ ਤੋਂ ਬਾਅਦ ਆਪ ਦਾ ਸਵਾਗਤ